ਜੀ ਸਤਿ ਸ੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਦਾਂ ਉਂਗਲ ਮਾਰ ਕੇ ਨਾਲੇ ਬੈਲ ਆਈਕਨ ਬਣਿਆ ਹੋਇਆ ਘੰਟੀ ਜਿਹੀ ਉਹਦੇ ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਊਗੀ ਉਹ ਸ਼ਬਦ ਘੱਟ ਹੀ ਉਹ ਗਾਣਾ ਕਿੱਥੇ ਚੱਲਦਾ ਹੈ ਅਸਲੇ ਵਾਲਾ ਗਾਣਾ ਕਿਹੜੀ ਜਗ੍ਹਾ ਚੱਲਦਾ ਹੈ ਟੈਲੀਵਿਜ਼ਨ ਤੇ ਤੁਸੀਂ ਤਾਂ ਟੈਲੀਵਿਜ਼ਨ ਵਾਲਿਆਂ ਫਿਰ ਤੁਸੀਂ ਬੰਦ ਕਰੋ ਉਹਨਾਂ ਨੂੰ ਚਲਾਉਂਦੇ ਕਿਉਂ ਇਹ ਜ਼ਰੀਆ ਕੀ ਹੈ ਗਾਣਾ ਦਿਖਾਉਣ ਦਾ ਯੂਟਿਊਬ ਤੇ ਯੂਟਿਊਬ ਵੀ ਤਾਂ ਬਹੁਤ ਗੰਦ ਹੈ ਫਿਰ ਯੂਟਿਊਬ ਬੈਨ ਕਿਉਂ ਨਹੀਂ ਕਰਾਉਂਦੇ ਮੋਦੀ ਸਾਹਿਬ ਕਰ ਸਕਦੇ ਮੈਨੂੰ ਲੱਗਦੀ ਹੈ ਹੀ ਕੈਨ ਡੂ ਐਨੀਥਿੰਗ ਜੀਐਸਟੀ ਲਾ ਸਕਦੇ ਟੀਕਾ ਤਾਂ ਆ ਵੀ ਕਰ ਸਕਦੇ ਇਸ ਕਰਕੇ ਕੀ ਹੁੰਦਾ ਸੀ ਸਾਰੇ ਸਲੋਗਨ ਬਣ ਗਿਆ ਜਿੰਨੀਆਂ ਇਤਿਹਾਸਿਕ ਬੁੱਕਸ ਤਾਂ ਤੁਸੀਂ ਕਦੇ ਪੜ੍ਹਦੇ ਹੋ ਉਹ ਕਾਮ ਨਾਲ ਭਰੀਆਂ ਹੋਈਆਂ ਫਿਰ ਬਹੁਤ ਕਿਤਾਬਾਂ ਤਾਂ ਉਹਨਾਂ ਨੂੰ ਕਿਉਂ ਨਹੀਂ ਬੈਨ ਕਰਦੇ ਸ਼ੋਲੇ ਫਿਲਮ ਬਣ ਗਈ ਸੀ ਸ਼ੋਲੇ ਫਿਲਮ 'ਚ ਗੱਬਰ ਸਿੰਘ ਡਾਕੂ ਸੀ ਕੀ ਗੱਬਰ ਸਿੰਘ ਨੂੰ ਦੇਖਣ ਸਭ ਤੋਂ ਵੱਧ ਫਿਲਮ ਉਹੀ ਚੱਲੀ ਹੈ ਸ਼ਾਇਦ ਮੈਨੂੰ ਲੱਗਦਾ ਕੀ ਗੱਬਰ ਸਿੰਘ ਨੂੰ ਦੇਖਣ ਤੋਂ ਬਾਅਦ ਬਹੁਤ ਲੋਕ ਡਾਕੂ ਬਣ ਗਏ ਸੀ ਹਰ ਫਿਲਮ 'ਚ ਫਾਈਟ ਹੁੰਦੀ ਹੈ ਹਰ ਫਿਲਮ 'ਚ ਇੱਕ ਵਿਲਨ ਹੁੰਦਾ ਉਹ ਅਸੀਂ ਟਾਰਗੇਟ ਬਣ ਜਾਂਦੇ ਹਾਂ ਪੰਜਾਬ ਵਾਲੇ ਕਿਉਂਕਿ ਜੇ ਕਿਸੇ ਨੇ ਛੇਤੀ ਮਸ਼ਹੂਰ ਹੋਣਾ ਤਾਂ ਗਾਉਣ ਵਾਲੇ ਦੀ ਲੱਤ ਖਿੱਚ ਲਓ ਹੋਰ ਕਿਸੇ ਨਾਲ ਛੇਤੀ ਮਸ਼ਹੂਰ ਨਹੀਂ ਹੁੰਦਾ ਹੁਣ ਬੰਬੇ ਤੋਂ ਜਿਹੜੀਆਂ ਫਿਲਮਾਂ ਬਣਦੀਆਂ ਉਹ ਵੀ ਸਾਡੇ ਇੱਥੇ ਚੱਲਦੀਆਂ ਦਿੱਲੀ 'ਚ ਵੀ ਚੱਲਦੀਆਂ ਉਹਨਾਂ ਬਾਰੇ ਕਦੇ ਰੌਲਾ ਹੀ ਨਹੀਂ ਪੈਂਦਾ ਵੀ ਕਿਉਂ ਨਹੀਂ ਪੈਂਦਾ ਉਹਨਾਂ 'ਚ ਤਾਂ ਬਹੁਤ ਫਾਈਟ ਹੁੰਦੀ ਹੈ ਇੱਕ ਬੰਦਾ 100 ਨੂੰ ਕੁੱਟ ਦਿੰਦਾ ਗਾਣੇ 'ਚ ਤਾਂ ਇੱਕ ਇੱਕ ਨੂੰ ਹੀ ਕੁੱਟੂਗਾ ਨਾ ਉਹ ਤਾਂ ਵੱਡਾ ਕੰਮ ਕਰ ਜਾਂਦਾ ਕੋਈ ਕੁੱਟਣ ਵਾਲਾ ਵੀ ਹੁੰਦਾ ਕਈ ਵਾਰੀ ਉੱਡ ਕੇ ਮਾਰ ਜਾਂਦਾ ਬਹੁਤ ਬੰਦੇ ਸਤਿ ਸ਼੍ਰੀ ਅਕਾਲ ਹਰਕੀਰਤ ਸਿੰਘ ਆਲੂਵਾਲੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੱਲ ਹੋ ਗਈ ਸਾਰੀਆਂ ਲੱਚਰ ਗਾਇਕੀ ਵਗੈਰਾ ਦੀ ਆਪਣੇ ਪੰਜਾਬ ਤੋਂ ਲੱਚਰ ਤਾਂ ਸੋਚ ਹੁੰਦੀ ਹੈ ਲੱਚਰ ਗਾਇਕੀ ਨਹੀਂ ਹੁੰਦੀ ਲੱਚਰ ਸੋਚ ਹੁੰਦੀ ਹੈ ਸੋਭਾ ਸਿੰਘ ਦੀ ਪੇਂਟਿੰਗ ਲੱਚਰ ਨਹੀਂ ਲੱਗਦੀ ਹੈ ਤੁਹਾਨੂੰ ਹਾਂ ਫਿਰ ਉਹ ਕਿਉਂ ਡਰਾਇੰਗ ਰੂਮ 'ਚ ਲੱਗਦੀ ਹੈ ਉਹ ਬੈਨ ਕਰਾਓ ਠੀਕ ਹੈ ਅੱਖ ਅੱਖ ਦੇਖੋ ਜੇ ਕੁੜੀ ਸਕਰਟ ਪਾਉਂਦੀ ਹੈ ਤਾਂ ਇਹ ਕੁੜੀ ਦੀ ਮਰਜ਼ੀ ਹੈ ਬੰਦਾ ਕਿਉਂ ਡਿਸਾਈਡ ਕਰੂਗਾ ਵੀ ਕੁੜੀ ਨੇ ਸਕਰਟ ਪਾਈ ਹੈ ਉਹ ਕੁੜੀ ਦੀ ਮਰਜ਼ੀ ਹੈ ਨਾ ਜੇ ਕੁੜੀ ਦਾ ਸਕਰਟ ਪਾਉਣਾ ਲੱਚਰ ਹੈ ਤਾਂ ਬੰਦੇ ਦਾ ਬਰਮੁੱਡਾ ਪਾਉਣਾ ਕਿਉਂ ਨਹੀਂ ਲੱਚਰ ਉਹ ਪਾ ਸਕਦਾ ਬਰਮੁੱਡਾ ਉਹ ਜਿਮ 'ਚ ਫੋਟੋ ਵੀ ਖਿੱਚ ਸਕਦਾ ਡੋਲੇ ਵਿਖਾ ਕੇ ਕੁੜੀ ਛੱਤ 'ਤੇ ਨਹੀਂ ਚੜ੍ਹ ਸਕਦੀ ਇਹ ਇਹ ਪੁਰਾਣੀਆਂ ਗੱਲਾਂ ਹੋ ਗਿਆ ਦੇਖੋ ਜਿਹੜਾ ਅਧਿਕਾਰ ਆ ਕੁੜੀ ਅਤੇ ਮੁੰਡੇ ਨੂੰ ਬਰਾਬਰ ਹੈ ਇਸ ਕਰਕੇ ਕੁੜੀ ਨੇ ਕੀ ਪਾਉਣਾ ਹੈ ਇਹਨੂੰ ਇਹ ਲੱਚਰ ਤਾਂ ਕਹਿੰਦੇ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼